ਹੈਲੋ ਗਾਇਸ ਵੈਲਕਮ ਕਰਦੇ ਆ ਜੀ ਤੁਹਾਡਾ ਸਾਡੇ ਚੈਨਲ ਤੇ ਲਓ ਜੀ ਅੱਜ ਫੇਰ ਨਿਊ ਸੂਟ ਲੈ ਕੇ ਆਏ ਹਾਂ ਸਟੀਚਿੰਗ ਵਾਲੇ ਨਿਊ ਡਿਜ਼ਾਈਨ ਲੈਸਾਂ ਲਾ ਕੇ ਜੋ ਵੀ ਸੂਟ ਆਪਾਂ ਨੇ ਤਿਆਰ ਕਰਿਆ ਆਜੋ ਦਿਖਾਉਣੇ ਆ ਫੇਰ ਤੁਹਾਨੂੰ ਸਾਰੇ ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅਮੀਦ ਕਰਦੇ ਆ ਤੁਸੀਂ ਠੀਕ ਠਾਕ ਹੋ ਸੀ ਵੀ ਠੀਕ ਠਾਕ ਆ ਜੀ ਚਲੋ ਜੀ ਜਿਹੜੇ ਅੱਜ ਆਪਾਂ ਸੂਟ ਲੈਸਾਂ ਲਾ ਕੇ ਹੋਰ ਸੂਟ ਤਿਆਰ ਕਰ ਰਹੇ ਨੇ ਹਨ ਆਪਾਂ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਆ ਜਿਹੜੇ ਪਹਿਲਾਂ ਸ਼ੇਅਰ ਕਰੇ ਤੇ ਕਿਉਂਕਿ ਸਾਰਿਆਂ ਦੇ ਡਿਜ਼ਾਈਨ ਜਿਹੜੇ ਹੈਗੇ ਨੇ ਵੱਖੋ ਵੱਖਰੇ ਨੇ ਜੀ ਕੋਈ ਸੇਮ ਡਿਜ਼ਾਈਨ ਨਹੀਂ ਹੁੰਦਾ ਕੋਈ ਕਿਦਾਂ ਡਿਜ਼ਾਈਨ ਬਣਵਾਉਂਦਾ ਕੋਈ ਕਿਦਾਂ ਇਹਨਾਂ ਦੀ ਆਪਣੇ ਕੋਲੇ ਫੋਟੋਆਂ ਆਈਆਂ ਸੀਗੀਆਂ ਇੱਕ ਦੀ ਫੋਟੋ ਆਈ ਸੀਗੀ ਇੱਕ ਆਪਾਂ ਨੇ ਆਪੇ ਬਣਵਾਇਆ ਬਣਾਇਆਗਾ ਇੱਕ ਦੋ ਦੀਆਂ ਵਿੱਚ ਅਗਲੇ ਨੇ ਫੋਟੋਆਂ ਭੇਜਿਆ ਹੋਏ ਨੇ ਵੇ ਇਦਾਂ ਬਣਾ ਦੇ ਤੇ ਬਾਕੀ ਜਿੰਨੇ ਵੀ ਆਪਾਂ ਨੇ ਹਨਾ ਸੂਟ ਬਣਾਏ ਨੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜੀਆਂ ਮੇਰੇ ਆ ਭੈਣਾ ਘਰ ਦੇ ਵਿੱਚ ਸੂਟ ਸਲਾਈ ਕਰਦੀਆਂ ਨੇ ਉਹਨਾਂ ਲਈ ਜਿਹੜੀ ਇਹ ਵੀਡੀਓ ਬਹੁਤ ਹੈਲਪਫੁਲ ਹੈਗੀ ਕਿਉਂਕਿ ਉਹ ਆਪ ਆਰਾਮ ਨਾਲ ਕਰ ਸਕਦੀਆਂ ਨੇ ਕੋਈ ਔਖੀ ਨਹੀਂ ਹੈਗੀ ਇਹ ਲੈਸਾਂ ਲਾਉਣੀਆਂ ਬਹੁਤ ਜ਼ਿਆਦਾ ਸੌਖੀਆਂ ਨੇ ਕਿਸੇ ਦਿਨ ਆਪਾਂ ਵੀਡੀਓ ਵੀ ਦਵਾਂਗੇ ਜ਼ਰੂਰ ਲੈਸਾਂ ਲਾਉਂਦੇ ਆ ਦੀ ਕਿਉਂਕਿ ਇੰਨਾ ਜ਼ਿਆਦਾ ਟਾਈਮ ਨਹੀਂ ਹੁੰਦਾ ਜੀ ਹੁਣ ਵੀ ਸੂਟ ਕਿਸੇ ਜਾਣੇ ਸੀਗੇ ਆਰਡਰ ਜਿਹੜਾ ਹੈਗਾ ਇਹ ਵਿੱਚ ਤਾਂ ਬਾਹਰੋਂ ਆਏ ਹੋਏ ਸੀਗੇ ਕੱਪੜੇ ਉਹ ਵੀ ਜਾਣੇ ਨੇ ਕੁਝ ਪੈਂਟ ਚੋਂ ਆਏ ਹੋਏ ਸੀਗੇ ਉਹ ਵੀ ਜਾਣੇ ਨੇ ਮੈਂ ਕਿਹਾ ਚਲੋ ਆਪਾਂ ਇੱਕ ਵਾਰੀ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਲੈਨੇ ਆ ਫਿਰ ਜਿਹੜੇ ਹੈਗੇ ਭੇਜ ਦਾਂਗੇ ਕਿਉਂਕਿ ਬਹੁਤ ਹੈਲਪ ਮਿਲਦੀ ਹੈ ਜਿਹੜੀ ਸਾਡੀ ਪਹਿਲਾ ਵੀਡੀਓ ਪਾਈ ਤੀ ਲੈਸਨ ਵਾਲੀ ਵੀਡੀਓ ਪਾਈ ਤੀ ਆਪਾਂ ਬਹੁਤ ਜ਼ਿਆਦਾ ਪਿਆਰ ਮਿਲਿਆ ਉਹ ਵੀਡੀਓ ਨੂੰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ ਮੈਂ ਤੇ ਬਹੁਤ ਜ਼ਿਆਦਾ ਪਿਆਰ ਦਿੱਤਾ ਉਹ ਵੀਡੀਓ ਨੂੰ ਕਿਉਂਕਿ ਇੱਕ ਦਿਨ ਚ ਉਹ 4000 ਲੋਕਾਂ ਨੇ ਜਿਹੜੀ ਹੈਗੀ ਵੀਡੀਓ ਦੇਖ ਲਈ ਤੀ ਮੇਰੇ ਭੈਣਾਂ ਨੇ ਦੇਖੀ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਕਿਉਂਕਿ ਉਹਨਾਂ ਨੇ ਉਹਨਾਂ ਦੇ ਕੰਮ ਦੀ ਵੀ ਹੈਗੀ ਤੀ ਇਹ ਵੀਡੀਓ ਕੰਮ ਦੀ ਹੈਗੀ ਕੰਮ ਦੀ ਇਹ ਵੀ ਵੀਡੀਓ ਆ ਲਓ ਜੀ ਆਪਾਂ ਸ਼ਿਆ ਸ਼ਟਾਰਟ ਕਰਦੇ ਆ ਫਿਰ ਵੀਡੀਓ ਆ ਦੇਖੋ ਪਹਿਲਾਂ ਜਿਹੜੇ ਹੈਗੇ ਆਪਾਂ ਕਮੀਜ਼ ਦਿਖਾਵਾਂਗੇ ਇਹ ਜਿਹੜੇ ਹੈਗੇ 5 6 ਸੂਟ 6 7 ਸੂਟ ਤਿਆਰ ਕਰੇ ਨੇ ਜਿੰਨੇ ਵੀ ਕਰੇ ਨੇ ਆਪਾਂ ਦਿਖਾਵਾਂਗੇ ਤੁਹਾਡੇ ਨਾਲ ਆ ਦੇਖੋ ਇਹ ਮੈਂ ਖੋਲ ਕੇ ਦਿਖਾਉਣੀ ਆ हां देखो जी आपा इस तरह ਇਹਦਾ ਗਲਾ ਬਣਾਇਆ ਹੈਗਾ ਦੇਖੋ ਟਾਈ ਪੱਟੀ ਲਾ ਕੇ ਉੱਤੇ ਜਿਹੜੇ ਹੈਗੇ ਚਾਰ ਬਟਨ ਲਾਏ ਆ ਇਹ ਜਿਹੜਾ ਹੈਗਾ ਆਫ ਵੈਟ ਕਲਰ ਹੈ ਜੀ ਕਿਉਂਕਿ ਪ੍ਰਿੰਟ ਵੀ ਆਫ ਵੈਟ ਸੀਗਾ ਸੂਟ ਦੇ ਵਿੱਚ ਇਹ ਥੋੜਾ ਜਿਹਾ ਜ਼ਿਆਦਾ ਚਿੱਟੀ ਲੇਸ ਨਹੀਂ ਹੈਗੀ ਜ਼ਿਆਦਾ ਵਾਈਟ ਨਹੀਂ ਹੈਗੀ ਥੋੜੀ ਜਿਹੀ ਆਫ ਵੈਟ ਹੈਗੀ ਤੇ ਆਪਾਂ ਨੇ ਇਹ ਲੇਸ ਕਲੀਆਂ ਵਾਂਗ ਕਿਹਾ ਸੀਗਾ ਉਹਨਾਂ ਨੇ ਕਲੀਆਂ ਵਾਂਗ ਲੇਸ ਲਾਈਏ ਆ ਨੀਚੇ ਘੇਰੇ ਤੇ ਜਿਹੜਾ ਇਹ ਵਾਲਾ ਡਿਜ਼ਾਈਨ ਬਣਾਇਆ ਜੀ ਘੇਰੇ ਤੇ ਵਿਚਾਲੇ ਆਪਾਂ ਨੇ ਥੋੜੀ ਜਿਹੀ ਚੌੜੀ ਲੇਸ ਪਾਤੀ ਜਿਹੜੇ ਹੈਗੇ ਸਾਈਡਾ ਇਹਦੇ ਨਾਲ ਦੇਤੀਆਂ ਸਿੰਪਲ ਜਿਹਾ ਸੂਟ ਬਣਿਆ ਹੋਇਆ ਬਹੁਤ ਜ਼ਿਆਦਾ ਸੋਹਣਾ ਲੱਗਦਾ ਆ ਦੇਖੋ ਆਹ ਵਾਲੀਆਂ ਜਿਹੜੀ ਇਹਦੇ ਬਾਹਵਾਾਂ ਹੈਗੇ ਆ ਬਾਹਵਾਾਂ ਆਪਾਂ ਨੇ ਕਰੀਆਂ ਨੇ ਜੀ ਪਾਕਿਸਤਾਨੀ ਅ ਅਮਰੇਲਾ ਕੱਟ ਦੀ ਜਿਹੜੀ ਮਤਲਬ ਕਿ ਥੋੜੀ ਜਿਹੀ ਖੁੱਲੀ ਬੈਲ ਸਟਾਈਲ ਬਾਹ ਚੱਲਦੀ ਏ ਪਾਕਿਸਤਾਨੀ ਬਾਜੂ ਕਹਿੰਦੇ ਆ ਇਹਨੂੰ ਤੇ ਇਹ ਬੜਾ ਬਾਹਵਾ ਬਣਾਈਆਂ ਨੇ ਆਪਾਂ ਇਹਨਾਂ ਦੀਆਂ ਆ ਦੇਖੋ ਬਹੁਤ ਜ਼ਿਆਦਾ ਸੋਹਣਾ ਲੱਗਦਾ ਜੀਵੇਂ ਮਰਜ਼ੀ ਮੇਰੇ ਆ ਭੈਣਾ ਸਿੰਪਲ ਜਿਹਾ ਸੂਟ ਤਿਆਰ ਕਰਕੇ ਬਾਹਰ ਅੰਦਰ ਨੂੰ ਪਾ ਸਕਦੀਆਂ ਨੇ ਜਿਹੜੀ ਸਲਵਾਰ ਹੈਗੀ ਜੀ ਇਹਦੀ ਸਟੇਟ ਸਟੇਟ ਜਿਹੜੀ ਹੈਗੀ ਸਲਵਾਰ ਮੂਰੀਆਂ ਤੇ ਜਿਹੜਾ ਹੈਗਾ ਆਪਣੇ ਇਸ ਤਰ੍ਹਾਂ ਡਿਜ਼ਾਈਨ ਕਰਤਾ ਬਹੁਤ ਜ਼ਿਆਦਾ ਤਾਂ ਪਾਕਿਸਤਾਨੀ ਸੂਟ ਕਹਿੰਦੇ ਨੇ ਜੀ ਇਹਨਾਂ ਨੂੰ ਵੈਸੇ ਜਿਹੜਾ ਹੈਗਾ ਆਪਣੇ ਇਹ ਸਲਵਾਰ ਅਸੀਂ ਪਾਕਿਸਤਾਨੀ ਨਹੀਂ ਬਣਾਈ ਉਹ ਬਗੈਰ ਪੱਟਾ ਤੋਂ ਹੁੰਦੀ ਹੈਗੀ ਇਹਦੇ ਆਪਾਂ ਨੇ ਪੱਟ ਪਾਏ ਨੇ ਵੈਸੇ ਜਿਹੜੀ ਹੈਗੀ ਸਟੇਟ ਸਲਵਾਰ ਹੈ ਜੀ ਜਿਹੜਾ ਪਿਛਲਾ ਗਲਾ ਆਪਾਂ ਨੇ ਥੋੜਾ ਜਿਹਾ ਡੀਪ ਰੱਖਿਆ ਜੀ ਇਹਨਾਂ ਦਾ ਤੇ ਇੱਕ ਆਪਾਂ ਨੇ ਇੱਥੇ ਆਫ ਵੈਟ ਕਲਰ ਦੀ ਜਿੱਪ ਲਾਈ ਹੈ ਬੈਕ ਸਾਈਡ ਤੇ ਜਿੱਪ ਲਾਈ ਹੈ ਗਲਾ ਥੋੜਾ ਜਿਹਾ ਡੀਪ ਹੈ ਹੁਣ ਆਪਾਂ ਤੁਹਾਨੂੰ ਦੂਸਰਾ ਸੂਟ ਦਿਖਾਉਣੇ ਆ ਜੀ ਆ ਲਓ ਇਹ ਵਾਲਾ ਸੂਟ ਹੋ ਡਿਜ਼ਾਈਨ ਦਾ ਤਿਆਰ ਕਰਿਆ ਆਪਾਂ ਨੇ ਆ ਦੇਖੋ ਜਿਹੜੇ ਕਾਟਨ ਦੇ ਸੂਟ ਨੇ ਜੀ ਇਹੇ ਬਹੁਤ ਸੋਹਣੇ ਲੱਗਦੇ ਨੇ ਬਣਾਏ ਹੋਏ ਜਿਹੜੇ ਆਪਾਂ ਲੈਸਾ ਲਾ ਕੇ ਆਪਦੇ ਕੋਲੋਂ ਹੀ ਤਿਆਰ ਕਰੇ ਨੇ ਆਪਣੇ ਕੋਲੋਂ ਹੀ ਲੈਸਾ ਨੇ ਇਹ ਵਾਲੀਆਂ ਟਿਸ਼ੂ ਦੀਆਂ ਲੈਸਾ ਨੇ ਜੀ ਜਿਹੜੀਆਂ ਔਰਗੰజా ਦੇ ਉੱਪਰ ਆਉਂਦੀਆਂ ਨੇ ਟਿਸ਼ੂ ਜਿਹੜੀਆਂ ਨੈੱਟ ਦੀਆਂ ਉਹ ਵਾਲੀਆਂ ਲੈਸਾ ਨੇ ਇਹ ਬਾਜੂ ਵੀ ਇਸ ਤਰ੍ਹਾਂ ਤਿਆਰ ਕਰਿਆ ਇਹਦਾ ਘੇਰੇ ਤੇ ਇਹਦੇ ਸਿੰਪਲ ਜੀ ਰੱਖੀ ਆਪਾਂ ਨੇ ਥੋੜੀ ਜੀ ਤੇ ਜਿਹੜਾ ਹੈਗਾ ਇੱਥੋਂ ਬਟਨ ਲਾਏ ਨੇ ਵਿੱਚ ਬਟਨ ਲਾਏ ਨੇ ਜਿਹੜਾ ਸਾਈਡ ਤੇ ਹੈਗੀ ਜੀ ਪਿੱਛੇ ਬਾਈਕ ਤੇ ਇਹਦਾ ਵੀ ਗਲਾ ਥੋੜਾ ਜਿਆਦਾ ਡੀਪ ਰੱਖਿਆ ਇਸੇ ਆਪਾਂ ਨੇ ਜਿੱਪ ਲਾਈ ਹੈ ਸੂਟ ਨਾਲ ਦੀ ਉਹ ਜਿੱਪ ਲਾਈ ਹੈ ਇਹ ਜਿਹੜੀ ਹੈਗੀ ਵਾਈਟ ਕਲਰ ਦੀ ਲੇਸ ਹੈ ਜੀ ਇਹ ਵਾਈਟ ਕਲਰ ਦੀ ਲੇਸ ਹੈਗੀ ਹੈ ਤੇ ਇਹਦੇ ਜਿਹੜੇ ਹੈਗੇ ਨੇ ਮੋਰੀਆਂ ਮੋਰੀਆਂ ਤੇ ਵੀ ਆਪਾਂ ਨੇ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਇਹ ਵੀ ਜਿਹੜੀ ਹੈਗੀ ਸਲਵਾਰ ਸਟੇਟ ਹੈਗੀ ਹੈ ਜੀ ਸਟੇਟ ਸਲਵਾਰ ਇਹ ਵੀ ਇੱਕ ਸੂਟ ਆਪਾਂ ਨੇ ਇਹ ਰੈਡੀ ਕਰਿਆ ਜੀ ਇਹ ਅਜੇ ਤਰਪਾਈ ਲਈ ਭੇਜਣੇ ਇਹਦੇ ਤਰਪਾਈ ਨਹੀਂ ਹੋਈ ਹੋਈ ਤੇ ਇਹ ਜਿਹੜਾ ਹੈਗਾ ਰਾਤ ਇਸ ਲਾਈ ਕੀਤਾ ਆ ਦੇਖੋ ਇਹ ਜਿਹੜੇ ਹੈਗੇ ਟਾਈ ਡਾਈ ਦੇ ਦੇ ਸੂਟ ਜਿਹੜੇ ਆਪਣੇ ਕੋਲੋਂ ਦੁਕਾਨ ਤੋਂ ਸੇਲ ਹੋਏ ਤੇ ਜੀ ਉਹ ਵਾਲੇ ਸੂਟ ਹੀ ਨੇ ਇਹ ਆ ਦੇਖੋ ਇਹ ਆਪਾਂ ਨੇ ਜਿਹੜੀ ਹੈਗੀ ਕੱਟ ਕਰਕੇ ਪਾਈ ਐ ਇਹਦੇ ਵਿੱਚ ਕਲਰ ਜਿਹੜਾ ਹੈਗਾ ਵਾਈਟ ਹੈਗਾ ਹੋ ਸਕਦਾ ਕੈਮਰੇ ਦੇ ਵਿੱਚ ਨਾ ਆਉਂਦਾ ਹੋਵੇ ਆ ਦੇਖੋ ਇਹ ਕੱਟ ਕਰਕੇ ਲੈਂਸ ਪਾਈ ਹੋਈ ਹੈ ਆਪਾਂ ਨੇ نیچے ਜਿਹੜੀ ਹੈਗੀ ਇਹ ਵਾਲੀ ਲੈਂਸ ਦੀ ਫਿਨਿਸ਼ਿੰਗ ਦਿੱਤੀ ਐ ਤੇ ਬਾਹਾਂਾਂ ਤੇ ਵੀ ਇਦਾਂ ਕਰੀ ਐ ਜਿਹੜੀ ਇਹਦੇ ਸਲਵਾਰ ਹੈਗੇ ਉਹ ਸਲਾਈ ਹੋਣੀ ਗਈ ਹੋਈ ਐ ਇਹਦੇਆਂ ਜਿਹੜੇ ਹੈਗੇ ਦੁਪੱਟੇ ਤੇ ਜੀ ਇਟਾਈ ਐਂਡ ਆਈ ਦੇ ਦੁਪੱਟੇ ਸੂਟ ਆਪਣੇ ਕੋਲੋਂ ਸੇਲ ਹੋਏ ਨੇਗੇ ਤੇ ਇਹ ਜਿਹੜੇ ਹੈਗੇ ਨੇ ਜੀ ਆ ਦੇਖੋ ਇਹ ਵੀ ਟਾਈ ਐਂਡ ਆਈ ਦਾ ਸੂਟ ਹੈ ਇਹ ਜਮੇ ਹੀ ਆਪਾਂ ਨੇ ਸਿੰਪਲ ਜਿਹਾ ਤਿਆਰ ਕਰਿਆ ਜਿਹੇ ਜੀ ਹਿਸਾਬ ਦੇ ਉਮਰ ਦੇ ਹਨਾ ਸੂਟ ਉਮਰ ਦੇ ਹਿਸਾਬ ਨਾਲ ਆਪਾਂ ਨੇ ਉਸ ਹਿਸਾਬ ਨਾਲ ਤਿਆਰ ਕਰਿਆ ਜਿਵੇਂ ਹਰ ਇੱਕ ਦਾ ਜੀ ਹੁੰਦਾ ਹੈ ਹਨਾ ਲੈਸ ਵਾਲਾ ਮਤਲਕਿ ਮਾਨ ਕਰਦਾ ਆ ਪਾਉਣ ਨੂੰ ਆਪਾਂ ਨੇ ਉਹੇ ਦੇ ਹਿਸਾਬ ਨਾਲ ਸਿੰਪਲ ਜਿਹਾ ਜਿਹੜਾ ਹੈਗਾ ਤਿਆਰ ਕਰਤਾ ਸੂਟ ਆ ਦੇਖੋ ਇਹਦੇ ਜਿਹੜੇ ਹੈਗਾ ਬਾਹਮਾ ਤੇ ਆਪਾਂ ਨੇ ਬਰੀਕ-ਬਰੀਕ ਲੇਸ ਲਾਤੀ ਉੱਪਰ ਰੱਖ ਕੇ ਤੇ ਜਿਹੜਾ ਹੈਗਾ ਘੇਰੇ ਦਾ ਆਪਾਂ ਨੇ ਇਦਾਂ ਡਿਜ਼ਾਈਨ ਬਣਾਤਾ ਬਿਲਕੁਲ ਸਿੰਪਲ ਡਿਜ਼ਾਈਨ ਹੈ ਜੀ ਕੋਈ ਹੋ ਨਹੀਂ ਹੈਗਾ ਔਖੀ ਨਹੀਂ ਉਹ ਕਹਿੰਦੇ ਵੀ ਜ਼ਿਆਦਾ ਨਹੀਂ ਲਾਉਣੀਆਂ ਹੈਗੀਆਂ ਲੇਸ ਇਹ ਜਿਹੜੀ ਹੈਗੀ ਇਹਦੀ ਸਲਵਾਰ ਹੈਗੀ ਹੈ ਜੀ ਇਹ ਆਪਣੀ ਦੁਕਾਨ ਤੋਂ ਟਾਈ ਐਂਡ ਡਾਈ ਦੇ ਸੂਟ ਸੇਲ ਹੋਏ ਹੋਏ ਨੇ ਇਹ ਵਾਲਾ ਜਿਹੜਾ ਸਿੰਪਲ ਸੂਟ ਹੈ ਇਹ ਬਿਲਕੁਲ ਸਿੰਪਲ ਹੈ ਜੀ ਇਹ ਵੀ ਦੇਣ ਆਏ ਆ ਆਪਾਂ ਨੇ ਜਿਹੜਾ ਹੈਗਾ ਇਹ ਵੀ ਟਾਈ ਐਂਡ ਟਾਈ ਦਾ ਪਹਿਲਾਂ ਵੀ ਆਪਾਂ ਨੇ ਇਹਦੇ ਨਾਲ ਦਾ ਸੂਟ ਸਲਾਈ ਕੀਤਾ ਹੈਗਾ ਦਿੱਤਾ ਹੈ ਉਹ ਕਿਸੇ ਮੇਰੀ ਭੈਣ ਨੇ ਕਮੈਂਟ ਕੀਤਾ ਸੀ ਕਹਿੰਦੇ ਸੇਮ ਸਾਨੂੰ ਉਹਦੇ ਨਾਲ ਦਾ ਸੂਟ ਤਿਆਰ ਕਰਕੇ ਦਿਓ ਜਿਹੜਾ ਤੁਸੀਂ ਮਰਜੈਂਟਾ ਕਲਰ ਦਾ ਸੂਟ ਤਿਆਰ ਕਰਿਆ ਕਿਉਂਕਿ ਆਪਣੀ ਦੁਕਾਨ ਤੋਂ ਸੇਲ ਹੋਏ ਨੇ ਜੀ ਲੈਸਾਂ ਵੀ ਆਪਣੇ ਕੋਲ ਹੈਗੀਆਂ ਨੇ ਤੇ ਆਪਾਂ ਨੇ ਇੱਕ ਸੂਟ ਹੋਰ ਰੈਡੀ ਕੀਤਾ ਦੇਖੋ ਕਿੰਨਾ ਜਿਆਦਾ ਸੋਹਣਾ ਲੱਗ ਰਿਹਾ ਬਹੁਤ ਜਿਆਦਾ ਵਧੀਆ ਲੱਗਦਾ ਜੀ ਆ ਦੇਖੋ ਇਹ ਜਿਹੜੀ ਹੈਗੀ ਕੱਟ ਕੇ ਲੈਸ ਪਾਈ ਹੋਈ ਹੈ ਘੇਰੇ ਦੇ ਵਿੱਚ ਇਹ ਆਪਾਂ ਨੇ ਇਕੱਲਾ ਜਿਹੜਾ ਹੈਗਾ ਮੂਰਲਾ ਮੂਰਲਾ ਘੇਰਾ ਕਰਿਆ ਜੀ ਫਰੰਟ ਪੀਸ ਹੀ ਕਰਿਆ ਤਿਆਰ ਇਹ ਦੇਖੋ ਇਹਦੀ ਬਾਹ ਇਹਦੀ ਬਾਹ ਆਪਾਂ ਨੇ ਇਸ ਤਰ੍ਹਾਂ ਤਿਆਰ ਕਰੀ ਹੈ ਟਾਈ ਐਂਡ ਡਾਈ ਦੇ ਸੂਟ ਨੇ ਇਹ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਇਹ ਜਿਹੜੀ ਹੈਗੀ ਇਹਦੇ ਸਲਵਾਰ ਦੇਖੋ ਨਾਲ ਹੀ ਦੁਪट्टे ਇਹ ਸੂਟ ਵੀ ਜਿਹੜੇ ਹੈਗੇ ਆਪਾਂ ਨੇ ਹੁਣ ਭੇਜਣੇ ਤੇ ਜੀ ਇਹ ਲੈਸਾਂ ਵਗੈਰਾ ਸੂਟ ਆਪਣੇ ਕੋਲੋਂ ਦੁਕਾਨ ਤੋਂ ਸੇਲ ਹੋਏ ਨੇ ਲੈਸਾ ਆਪਾਂ ਨੇ ਆਪਣੇ ਕੋਲੋਂ ਹੀ ਲਾਈਆਂ ਨੇ ਟਾਈ ਐਂਡ ਡਾਈ ਦੇ ਸੂਟ ਬਹੁਤ ਜਿਆਦਾ ਜਿਹੜੀ ਹੈਗੀ ਗਰਮੀਆਂ ਦਾ ਜਿਵੇਂ ਕਹਦੀ ਆ ਟੌਪ ਹੈ ਬਿਲਕੁਲ ਜਿਹੜੇ ਹੈਗੇ ਨੇ ਹਲਕੀ ਵਾਲੀ ਕਾਟਨ ਹੈ ਜੀ ਇਹ ਇਹ ਸੂਟ ਜਿਵੇਂ ਮਰਜ਼ੀ ਤੁਸੀਂ ਜਿਹੜੇ ਹੈਗੇ ਨੇ ਸਿੰਪਲ ਜਿਹੇ ਆਪਦੇ ਜਿਹੜੇ ਮੇਰੇ ਭੈਣਾਂ ਘਰੇ ਸਲਾਈ ਕਰਨ ਜਾਂਦੀਆਂ ਨੇ ਜਿਵੇਂ ਮਰਜ਼ੀ ਤੁਸੀਂ ਆਪਦੇ ਘਰੇ ਇਹ ਸੂਟ ਤਿਆਰ ਕਰ ਸਕਦੇ ਹੋ ਜੀ ਇਹ ਕੋਈ ਜ਼ਿਆਦਾ ਔਖੇ ਨਹੀਂ ਹੈਗੇ ਬਿਲਕੁਲ ਜਿਹੜਾ ਹੈਗਾ ਸੌਖੇ ਨੇ ਬਿਲਕੁਲ ਸੌਖੇ ਮੈਥਡ ਜੇ ਨਾਲ ਜਿਹੜੀਆਂ ਹੈਗੀਆਂ ਲੈਸਾਂ ਨਾਲ ਡੈਕੋਰੇਟ ਕਰੇ ਹੋਏ ਨੇ ਸੂਟ ਬੜੇ ਸੋਹਣੇ ਲੱਗਦੇ ਨੇ ਜਿਵੇਂ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਜ਼ਿਆਦਾ ਸਿੰਪਲ ਜਿਹਾ ਸੂਟ ਵੀ ਨਹੀਂ ਜਿਹੜਾ ਹੈਗਾ ਵਧੀਆ ਲੱਗਦਾ ਤੇ ਚਲੋ ਜੀ ਜੇ ਤੁਹਾਨੂੰ ਸਾਡੀ ਵੀਡੀਓ ਜੀ ਵਧੀਆ ਲੱਗੀ ਆ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਜੇ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਜਿੱਦਾਂ ਦੇ ਵੀ ਆਪਾਂ ਬਣਾਏ ਨੇ ਜਿੰਨੇ ਸੂਟ ਬਣਾਏ ਨੇ ਇਹ 6-7 ਸੂਟ ਬਣਾਏ ਤੇਗੇ ਸਾਰੇ ਆਪਾਂ ਤੁਹਾਡੇ ਨਾਲ ਸ਼ੇਅਰ ਕਰੇ ਨੇ ਜਿੰਨੇ ਵੀ ਆਪਾਂ ਬਣਾਏ ਨੇ ਤੁਹਾਡੇ ਨਾਲ ਸ਼ੇਅਰ ਕਰੇ ਨੇ ਕਿਉਂਕਿ ਤਾਂ ਕਿ ਮੇਰੇ ਭੈਣਾ ਘਰੇ ਕੱਪੜੇ ਆਰਾਮ ਨਾਲ ਬਣਾਉਂਦੀਆਂ ਰਹਿੰਦੀਆਂ ਨੇ ਜਾ ਕੋਈ ਕਿਸੇ ਦੀ ਸਲਾਈ ਵੀ ਕਰਦਾ ਉਹਦੇ ਲਈ ਵੀ ਇਹ ਸੌਖਾ ਹੋ ਜਾਂਦਾ ਥੋੜਾ ਜਿਹਾ ਸੌਖਾ ਹੋ ਜਾਂਦਾ ਦੇਖ ਕੇ ਚਲੋ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁੱਸਰ